ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਦੱਸਾਂਗੇ ਆਪਾਂ ਲਾਈਨਿੰਗ ਦੀ ਸਿਲਾਈ ਲਗਾਉਣੀ ਅੰਬਰੇਲਾ ਫਰੋਕ ਨੂੰ। ਆਹ ਦੇਖੋ, ਪਹਿਲਾਂ ਆਪਾਂ ਫਿਟਿੰਗ ਜੋ ਲਾਈਨਿੰਗ ਅਤੇ ਜੋ ਫਰੋਕ ਆ ਇਹਦੀ ਇਕੱਠੀ ਲਾ ਲੈਣੀ ਆ। ਉਹ ਤੋਂ ਬਾਅਦ ਜੋ ਇਸ ਜੋੜ ਤੋਂ ਆਪਾਂ ਨੀਚੇ ਸਿਲਾਈ ਲਾਉਣੀ ਆ, ਉਹ ਦੇਖੋ ਵੀ ਕਿਸ ਢੰਗ ਨਾਲ ਲਗਾਉਣੀ ਆ। ਇਹ ਦੋਨੋਂ ਲਾਈਨਿੰਗ ਆਪਾਂ ਇੱਥੋਂ ਚੱਕ ਦੇਣੀਆਂ ਨੇ, ਉੱਪਰ ਵਾਲੀ ਵੀ ਅਤੇ ਨੀਚੇ ਵਾਲੀ ਵੀ, ਦੋਨੇ ਲਾਈਨਿੰਗ ਇੱਕ ਸਾਈਡ ਕਰਕੇ। ਦੇਖੋ ਜਿੱਥੇ ਤੱਕ ਆਪਾਂ ਆਹ ਵਾਲੀ ਉਰੇ ਸਿਲਾਈ ਲਗਾਈ ਹੋਈ ਆ ਬੋਡੀ ਦੀ, ਇੱਥੋਂ ਆਪਾਂ ਪੂਰੀ ਸਿਲਾਈ ਪਹਿਲਾਂ ਲਗਾ ਲੈਣੀ ਹੈ ਇਹਦੀ। ਹਾਂਜੀ, ਦੇਖੋ ਹੁਣ ਆ ਜੋ ਦੋ ਲਾਈਨਿੰਗਾਂ ਨੇ, ਇੱਕ ਨੀਚੇ ਇੱਕ ਉੱਪਰ ਆ, ਹੁਣ ਇਹ ਦੋਨੇ ਲਾਈਨਿੰਗਾਂ ਨੂੰ ਆਪਾਂ ਸਿਲਾਈ ਇੱਥੋਂ ਲਗਾ ਦੇਣੀ ਆ। ਹਾਂਜੀ, ਦੇਖੋ ਸੇਮ ਹੀ ਦੂਜੇ ਪਾਸੇ ਵੀ ਇਸ ਤਰ੍ਹਾਂ ਕਰਨਾ। ਜੋ ਆਪਾਂ ਉੱਪਰੋਂ ਬੋਡੀ ਦੀ ਫਿਟਿੰਗ ਲਾਉਣੀ ਆ, ਦੇਖੋ ਆਹ ਆਪਾਂ ਸਿਰਫ ਕਮਰ ਤੱਕ ਹੀ ਲਗਾਉਣੀ ਆ ਜਿੱਥੇ ਤੱਕ ਆਹ ਵਾਲਾ ਜੋੜ ਆਉਂਦਾ ਏ। ਇਹ ਤੋਂ ਬਾਅਦ ਫੇਰ ਆਪਾਂ ਇਹ ਦੋਨੋਂ ਲਾਈਨਿੰਗਾਂ ਚੱਕ ਦੇਵਾਂਗੇ। ਦੇਖੋ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਣੀ ਇੱਥੇ ਤੱਕ ਸਿਲਾਈ ਆ, ਇਹ ਸਿਲਾਈ ਤੋਂ ਹੀ ਆਪਾਂ ਸਿਲਾਈ ਚੱਕ ਲੈਣੀ ਆ। ਦੇਖੋ ਸੇਮ ਸਿਲਾਈ ਆਪਾਂ ਲਗਾ ਲੈਣੀ ਆ ਹੁਣ ਪਹਿਲਾਂ ਵਾਂਗੂ ਸਾਰੀ। ਹਾਂਜੀ, ਦੇਖੋ ਜੀ ਆਹ ਵਾਲੀ ਸਿਲਾਈ ਆਪਣੀ ਲੱਗ ਗਈ ਆ ਜਿਹੜੀ ਨੀਚੇ ਕੱਪੜੇ ਦੇ ਉੱਤੇ ਆ। ਜਿਹੜੀ ਦੂਜੀ ਸਿਲਾਈ ਆ ਉਹ ਆਪਾਂ ਦੇਖੋ ਇਸ ਢੰਗ ਨਾਲ ਵੀ ਲਗਾ ਸਕਦੇ ਹਾਂ ਕਿ ਇੱਥੋਂ ਲਾਈਨਿੰਗ ਦੇ ਨਾਲ ਹੀ ਆਪਾਂ ਇੱਕ ਸਿਲਾਈ ਲਾ ਕੇ ਲੈ ਜਾਣੀ ਆ, ਇੱਥੇ ਤੱਕ ਆਪਾਂ ਲਗਾ ਲਿਆਉਣੀ ਆ। ਚਲੋ ਜੋ ਇਹ ਵਾਲੀ ਸਿਲਾਈ ਹੈ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਦੱਸੂੰਗੀ, ਫਿਲਹਾਲ ਜੋ ਆਪਾਂ ਅੱਜ ਸਿਲਾਈ ਲਗਾਉਣੀ ਆ ਤੁਹਾਨੂੰ ਉਹ ਦੱਸਦੇ ਹਾਂ। ਇਹਦੇ ਵਿੱਚ ਆਪਾਂ ਇੱਥੋਂ ਨਹੀਂ ਸਿਲਾਈ ਲਗਾਉਣੀ ਹੈਗੀ, ਜੋ ਲਾਈਨ ਹਾਂਜੀ ਆਹ ਕੱਪੜਾ ਥੋੜ੍ਹਾ ਜਿਹਾ ਪਰੇ ਕਰ ਦੇਣਾ ਵਿੱਚ ਵਾਲਾ, ਅਤੇ ਸਿਰਫ ਇਕੱਲੀ ਲਾਈਨਿੰਗ ਨੂੰ ਸਿਲਾਈ ਲਗਾ ਲੈਣੀ ਆ। ਦੇਖੋ ਇੱਥੋਂ ਹਾਂਜੀ, ਦੇਖੋ ਫਿਟਿੰਗ ਤੋਂ ਬਾਅਦ ਆਪਣੇ ਦੇਖੋ ਇੱਥੇ ਕੋਈ ਵੀ ਬਲ ਨਹੀਂ ਆਊਗਾ। ਜੋ ਲਾਸਟ ਵਾਲੀ ਇਹ ਵਾਲੀ ਸਿਲਾਈ ਆ ਆਪਣੀ, ਬਿਲਕੁਲ ਫਿਨਿਸ਼ਿੰਗ ਨਾਲ ਦੇਖੋ ਸਿਲਾਈ ਲੱਗੀ ਆ। ਹਾਂਜੀ ਆਹ ਸਿਲਾਈ ਵੀ ਦੇਖੋ ਇੱਧਰ, ਇਸ ਤਰ੍ਹਾਂ ਸਿਲਾਈ ਲਗਾਉਣ ਨਾਲ ਲਾਈਨਿੰਗ ਦੇ ਨਾਲ ਦੇਖੋ ਇਹਦੇ ਵਿੱਚ ਫਰੋਕ ਦੇ ਵਿੱਚ ਕੋਈ ਇੱਥੇ ਬਲ ਨਹੀਂ ਆਉਂਦਾ ਹੈਗਾ, ਨਾ ਖਿੱਚ ਪੈਂਦੀ ਆ ਕੋਈ।